ਗੁੱਡ ਮਾਰਨਿੰਗ ਸਟੂਡੈਂਟਸ ਆਈ ਹੋਪ ਯੂ 올 ਆਰ ਗੁੱਡ ਐਂਡ ਫਾਈਨ ਬੱਚਿਓ ਕੱਲ ਆਪਾਂ ਪੰਜਾਬੀ ਵਿੱਚ ਟਿੱਪੀ ਮਾਤਰਾ ਨਾਲ ਸੰਬੰਧਤ ਕੁਝ ਸ਼ਬਦ ਕੀਤੇ ਸਨ ਜਿਸ ਵਿੱਚ ਆਪਾਂ ਇਹ ਸਿੱਖਿਆ ਸੀ ਕਿ ਜੇਕਰ ਕਿਸੇ ਸ਼ਬਦ ਵਿੱਚ ਟਿੱਪੀ ਮਾਤਰਾ ਲੱਗਦੀ ਹੋਵੇ ਅਤੇ ਆਪਾਂ ਟਿੱਪੀ ਹਟਾ ਦਿੰਦੇ ਹਾਂ ਤਾਂ ਪੂਰਾ ਦਾ ਪੂਰਾ ਸ਼ਬਦ ਹੀ ਗਲਤ ਹੋ ਜਾਂਦਾ ਹੈ ਜਾਂ ਸ਼ਬਦ ਦਾ ਅਰਥ ਹੀ ਬਦਲ ਜਾਂਦਾ ਹੈ ਅੱਜ ਆਪਾਂ ਟਿੱਪੀ ਮਾਤਰਾ ਨਾਲ ਸੰਬੰਧਤ ਕੁਝ ਖਾਲੀ ਥਾਵਾਂ ਭਰੋ ਅਤੇ ਵਾਕ ਬਣਾਓ ਕਰਾਂਗੇ ਜਿਸ ਵਿੱਚ ਆਪਾਂ ਕੁਝ ਨਵੇਂ ਸ਼ਬਦ ਸਿੱਖਾਂਗੇ ਜਿਵੇਂ ਕਿ ਪਹਿਲੇ ਨੰਬਰ ਤੇ ਹੈ ਰਾਣੀ ਡੈਸ਼ ਜਾ ਰਹੀ ਸੀ ਰਾਣੀ ਕਿੱਥੇ ਜਾ ਰਹੀ ਸੀ ਮੰਦਿਰ ਜਾ ਰਹੀ ਸੀ ਜਾਂ ਸੁੰਦਰ ਜਾ ਰਹੀ ਸੀ ਇਹਨਾਂ ਦੋਨਾਂ ਵਿੱਚੋਂ ਮੰਦਿਰ ਦਾ ਮਤਲਬ ਹੁੰਦਾ ਹੈ ਟੈਂਪਲ ਸੁੰਦਰ ਮਤਲਬ ਸੋਹਣਾ ਰਾਣੀ ਕਿੱਥੇ ਜਾ ਰਹੀ ਸੀ ਮੰਦਰ ਜਾ ਰਹੀ ਸੀ ਦੂਜੇ ਨੰਬਰ ਤੇ ਹੈ ਡੈਸ਼ ਵਿੱਚ ਸੂਰਜ ਚਮਕ ਰਿਹਾ ਸੀ ਅੰਬਰ ਵਿੱਚ ਸੂਰਜ ਚਮਕ ਰਿਹਾ ਸੀ ਜਾਂ ਧਰਤੀ ਵਿੱਚ ਸੂਰਜ ਚਮਕ ਰਿਹਾ ਸੀ ਅੰਬਰ ਮਤਲਬ ਆਕਾਸ਼ ਆਸਮਾਨ ਸੂਰਜ ਕਿੱਥੇ ਚਮਕਦਾ ਹੈ ਅੰਬਰ ਵਿੱਚ ਇਸ ਕਰਕੇ ਇੱਥੇ ਰਾਈਟ ਕਰਾਂਗੇ ਅੰਬਰ ਵਿੱਚ ਸੂਰਜ ਚਮਕ ਰਿਹਾ ਸੀ ਤੀਜੇ ਨੰਬਰ ਤੇ ਹੈ ਡੈਸ਼ ਦਾ ਰਾਜਾ ਸ਼ੇਰ ਹੈ ਜੰਗਲ ਜਾਂ ਸ਼ਹਿਰ ਕੀ ਤੁਸੀਂ ਜਾਣਦੇ ਹੋ ਕਿ ਜੋ ਸ਼ੇਰ ਹੈ ਹੈ ਉਹ ਜੰਗਲ ਵਿੱਚ ਰਹਿੰਦਾ ਹੈ ਜਾਂ ਸ਼ਹਿਰ ਵਿੱਚ ਰਹਿੰਦਾ ਹੈ ਜੰਗਲ ਵਿੱਚ ਰਹਿੰਦਾ ਹੈ ਸ਼ੇਰ ਇਸ ਕਰਕੇ ਆਪਾਂ ਰਾਈਟ ਕਰਾਂਗੇ ਜੰਗਲ ਦਾ ਰਾਜਾ ਸ਼ੇਰ ਹੈ ਚੌਥੇ ਨੰਬਰ ਤੇ ਹੈ ਇਹ ਇੱਕ ਸੋਨੇ ਦੀ ਡੈਸ਼ ਹੈ मुंदਰੀ ਹੈ ਜਾਂ ਜੰਗਲ ਹੈ ਸੋਨੇ ਦੀ ਕੀ ਹੁੰਦੀ ਹੈ मुंदਰੀ ਅੰਗੂਠੀ ਇਸ ਕਰਕੇ ਇੱਥੇ ਆਏਗਾ ਇਹ ਇੱਕ ਸੋਨੇ ਦੀ ਮੁੰਦਰੀ ਹੈ। 5ਵੇਂ ਨੰਬਰ ਤੇ ਹੈ ਡੈਸ਼ ਸਾਡੀ ਰਾਸ਼ਟਰੀ ਭਾਸ਼ਾ ਹੈ। ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਜਾਂ ਬਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ? ਇਹਨਾਂ ਦੋਨਾਂ ਵਿੱਚੋਂ ਭਾਸ਼ਾ ਕਿਹੜੀ ਹੈ? ਹਿੰਦੀ। ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। 6ਵੇਂ ਨੰਬਰ ਤੇ ਹੈ ਡੈਸ਼ ਬਹੁਤ ਮਿੱਠੇ ਤੇ ਰਸੀਲੇ ਹੁੰਦੇ ਹਨ। ਆਂਬ ਜਾਂ ਰੰਗ। ਬੱਚੇ ਆਪਾਂ ਕੀ ਖਾਂਦੇ ਹਾਂ? ਆਂਬ ਖਾਂਦੇ ਹਾਂ ਜਾਂ ਰੰਗ ਖਾਂਦੇ ਹਾਂ? ਅੰਬ ਖਾਂਦੇ ਹਨ ਇਸ ਕਰਕੇ ਇੱਥੇ ਰਾਈਟ ਕਰਾਂਗੇ